हां जी अस्सलाम वालेकुम मैं हाजिल जमाल ਤੁਸੀਂ ਦੇਖ ਰਹੇ ਬੀਸੀਡੀ ਪੰਜਾਬੀ ਤੇ ਲੋ ਜੀ ਮੈਂ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਅਸੀਂ ਦੋ ਤਿੰਨ ਗੱਲਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਜਿਵੇਂ ਕਿ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜੇ ਨੇ ਉਹ 600 ਵਾਲਾ ਦਮੰਦਾ ਕਰ ਸਕਦੇ ਨੇ ਕਿ ਨਹੀਂ ਦੂਸਰਾ ਨੰਬਰ ਤੇ ਅਸੀਂ ਜਿਹੜਾ 600 ਵਾਲਾ ਦਮੰਦਾ ਜਿਹੜਾ ਉਹ ਪੈਸੇ ਜਿਹੜੇ ਆਉਣੇ ਸੀ ਕੀ ਉਹ ਅੱਜ ਜਮ੍ਹਾਂ ਸੀ ਅੱਜ ਅੱਜ ਫਰਾਈਡੇ ਸੀ ਤੇ ਅੱਜ ਵੈਨਰ ਦੀ ਆਖਰੀ ਦਿਨ ਸੀ ਕੱਲ ਤੋਂ ਪੈਸੇ ਆਉਣਗੇ ਨਹੀਂ ਆਉਣੇ ਇਸ ਚੀਜ਼ ਦੇ ਬਾਰੇ ਔਰ ਇੰਪਸ ਦੀ ਜਿਹੜੀ ਹੈ ਕਿਉਂਕਿ ਜੇ ਤੁਹਾਡਾ ਤੁਹਾਡੀ ਆਫੀਸ਼ੀਅਲ ਵੈਬਸਾਈਟ ਜਿਹੜੀ ਇੰਪਸ ਦੀ ਜੇ ਤੁਹਾਡਾ ਉੱਥੇ ਸਟੇਟਸ ਨਹੀਂ ਸ਼ੋ ਹੋ ਰਿਹਾ 600 ਯੂਰੋ ਦਾ ਮੰਦੇ ਦਾ ਜਾਂ ਕਿਸੇ ਵੀ ਦਮੰਦੇ ਦਾ ਤੇ ਫਿਰ ਅਸੀਂ ਕਿੱਥੇ ਜਾ ਕੇ ਕੀ ਦੋ ਗੁਲ ਪੁੱਛਾਂਗੇ ਜ਼ੈਰੀ ਗੱਲ ਹੈ ਅਸੀਂ ਰਿਕਵੈਸਟਾ ਵੀ ਇੰਪਸ ਨੂੰ ਹੀ ਕਰਾਂਗੇ ਔਰ ਇੰਪਸ ਨੂੰ ਜਿਹੜਾ ਰਿਕਵੈਸਟਾ ਕਰਾਂਗੇ ਅਸੀਂ ਬਿਨਾ ਪਿੰਨ ਤੋਂ ਵੀ ਕਰ ਸਕਦੇ ਹਾਂ ਬਿਨਾ ਸਪੀਡ ਤੋਂ ਵੀ ਕਰ ਸਕਦੇ ਹਾਂ ਤੁਹਾਡੇ ਕੋਲ ਆਪਣੇ ਜਿਹੜਾ ਦਮੰਦਾ ਕੀਤਾ ਹੈ 600 ਯੂਰੋ ਉਹਦੀ ਪਿੰਨ ਵਗੈਰਾ ਹੋਣੀ ਚਾਹੀਦੀ ਹੈ ਉਹਦੇ ਡੇਟ ਪਤਾ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕਿਹੜੀ ਡੇਟ ਨਹੀਂ ਕੀਤਾ ਸੀ ਤੇ ਤੁਸੀਂ ਬਿਨਾ ਪਿੰਨ ਤੋਂ ਸੈਂਸਾ ਪਿੰਨ ਵੀ ਸੈਂਸਾ ਸਪੀਡ ਵੀ ਤੁਸੀਂ ਰਿਕਵੈਸਟ ਕਰ ਸਕਦੇ ਹੋ ਪੁੱਛ ਸਕਦੇ ਹੋ ਨਗਰ ਨੂੰ ਤੇ ਗੱਲ ਕਰੀਏ ਅਸੀਂ ਜਿਹੜਾ 600 ਯੂਰੋ ਹਲਦ ਮੰਗਦਾ ਹੈ ਕਿ ਇਹ ਦਮੰਦੇ ਹੋਣ ਪੈਸੇ ਹੋਣ ਬੰਦੇ ਨੂੰ ਨਹੀਂ ਮਿਲਨੇ ਹੈ ਕਿਉਂ ਨਹੀਂ ਮਿਲਨੇ ਬਿਲਕੁਲ ਮਿਲਣਗੇ ਇਹ ਸਿਰਫ ਜਿਹੜਾ ਨਾ 7 ਲੱਖ ਬੰਦਿਆਂ ਨੂੰ ਦਮੰਦੇ ਜਿਨ੍ਹਾਂ ਦੇ ਹੋਏ ਨੇ ਜਿਹਨਾਂ ਦਮੰਦੇ ਐਕਸੈਪਟ ਹੋਏ ਸਿਰਫ 7 ਲੱਖ ਬੰਦਿਆਂ ਨੂੰ ਪੇਮੈਂਟ ਹੋ ਚੁੱਕੀ ਹੋ ਸਕੀ ਹੈ 600 ਯੂਰੋ ਪਰ ਬੰਦਾ ਬਕਾਇਆ ਬੰਦੇ ਜਿਹੜੇ ਨੇ 60% ਇਹਨਾਂ ਨੂੰ ਪੈਸੇ ਅਜੇ ਦੇਣੇ ਜੀ ਬਕਾਇਆ ਨੇ ਤੇ ਕਿਹੜੇ-ਕਿਹੜੇ ਬੰਦੇ ਨੇ ਬਕਾਇਆ ਇਥੇ ਲੈ ਕਿੰਨੀ ਕਿੰਨੇ ਪਰਸੈਂਟ ਰਹਿ ਗਏ ਇਥੇ ਸਾਰੀ ਪਰਸੈਂਟੇਜ ਲਿਖੀ ਹੋਈ ਹੈ ਤੇ ਜਿਹੜੇ ਨੇ ਲਬਰਤੋਰੀ ਆਟੋਨੋਮੀ 60% ਬੰਦਿਆਂ ਨੂੰ 67% ਬੰਦਿਆਂ ਨੂੰ ਪੇਮੈਂਟ ਹੋ ਚੁੱਕੀ ਹੈ ਲਬਰਤੋਰੀ ਐਗਰੀਕੋਲੀ 17% ਸਿਰਫ 17% ਬੰਦੇ ਨੂੰ ਪੇਮੈਂਟ ਹੋ ਚੁੱਕੀ ਹੈ ਸਾਡੇ ਬੰਦੇ ਜਿਹੜੇ ਨੇ ਇਹ ਲਬਰਤੋਰੀ ਐਗਰੀਕੋਲੀ ਦੇ ਸੈਕਟਰ ਵਿੱਚ ਹੀ ਜ਼ਿਆਦਾ ਨੇ ਤੇ ਯਾਨੀ ਕਿ 83% ਬਕਾਇਆ ਨੂੰ ਪੇਮੈਂਟ ਹੋਣੀ ਹੈ ਜਿਹੜੀ ਕਿ ਅਸ ਅਗਲੇ ਹਫਤੇ ਚ ਹੋਵੇਗੀ ਤੇ ਲਿਬਰੀ ਪਰਫੈਸ਼ਨ ਪਰਫੈਸ਼ਨਿਸਟ ਦੀ ਕੋਲੋਬੇਰਾਟ ਇਸਕ੍ਰੀਤੀ ala ਜੇਸਟੀਓਨੇ ਦੀ ਸਪੇਰਾਤਾ ਐ 10% ਬੰਦੇ ਨੂੰ ਪੇਮੈਂਟ ਹੋ ਚੁੱਕੀ ਹੈ ਲਾਬੋਰਟੋਰੀ ਸਟਜੋਨਾਲੀ ਐ 4% ਨੂੰ ਹੋ ਸਕੀ ਹੈ ਹੋ ਚੁੱਕੀ ਹੈ ਇਹ ਲਾਬੋਰਟੋਰੀ ਆਟੋਨੋਮੀ ਦਲਾ ਸਪੇਟਾਕੋਲੋ ਐ 1% ਬੰਦੇ ਨੂੰ ਹੋ ਚੁੱਕੀ ਹੈ ਯਾਨੀ ਕਿ ਇਹ ਵੀ 100% ਤੱਕ ਲੈ ਕੇ ਜਾਣਗੇ ਜਿਹੜਾ 1% ਸਪੇਟਾ ਕੋਲੋ ਇਹਨਾਂ ਨੂੰ ਵੀ 100% ਤੱਕ ਪੇਮੈਂਟ ਕਰਨੀ ਨੇ ਤੇ ਇਹ ਹੋਵੇਗੀ ਸਟਾਰਟਿੰਗ ਇਹ ਯਾਨੀ ਕਿ ਇਹ ਨਹੀਂ ਹੈ ਕਿ ਇਹ ਪੇਮੈਂਟ ਹੁਣ ਨਹੀਂ ਹੋਣ ਲੱਗੀ ਹੈ ਜਾਂ ਬੰਦ ਹੋ ਗਈ ਹੈ ਇਹ ਡਿਲੇ ਹੋ ਗਈ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਇਸ ਕਰਕੇ 7 ਲੱਖ ਬੰਦਿਆਂ ਨੂੰ ਪੇਮੈਂਟ ਹੋ ਚੁੱਕੀ ਹੈ ਇਸ ਹਫਤੇ ਤੱਕ 16 16 April ਤੱਕ ਬਕਾਇਆ ਬੰਦਿਆਂ ਨੂੰ ਜਿਹੜੀ ਪੇਮੈਂਟ ਹੋਣੀ ਹੈ ਉਹ ਅਗਲੇ ਹਫਤੇ ਹੋਵੇਗੀ ਤੇ ਡਿਸਕੋਪੇਸ਼ਨ ਜਿਹੜਾ ਬੰਦਿਆਂ ਨੇ ਅਪਲਾਈ ਕੀਤਾ ਹੋਇਆ ਹੈ ਡਿਸਕੋਪੇਸ਼ਨ ਹੈ ਕਿਉਂਕਿ ਤੁਹਾਡੇ ਕੋਲ ਕੰਮ ਨਹੀਂ ਹੈ ਵੀ ਨਾ ਡਿਸਕੋਪੇਸ਼ਨ ਨੇ ਤੁਸੀਂ ਅਪਲਾਈ ਕੀਤਾ ਤੁਸੀਂ ਪਲੱਸ 600 ਵਾਲਾ ਦਮੰਦਾ ਵੀ ਕਰ ਸਕਦੇ ਹੋ ਕਿਹਨ ਕਰ ਸਕਦੇ ਨੇ ਜਿਨ੍ਹਾਂ ਦੇ ਕੋਲੇ ਪ੍ਰਤੀਤਤਾ ਹੈ ਇਹ ਪੰਜ categories ਵਿੱਚ ਹੋਵੇ ਹੈ ज लबोटोरी वैतोनौमी होवे जिद को लवोरतोरी सत्यजुनाली हो जर लबोटोरी प्रोफेसनिस्ती कोलो बेराती स्क्रीत जस्तीयो नेता एवे या फिर लबोरटोरी सतजुनाली हो लटोरी एतोन ला सपत्ता कोटेगरिया जो तुम किसी कैटेगरी आओ और को स्को पैसे होने हैं तो जो कोई होर पेनशन नहीं लै रहे ये तो अलावा ਤੇ ਫੇਰ ਤੁਸੀਂ ਅੱਖ ਰੱਖਦੇ ਹੋ ਤੁਸੀਂ ਇਹ ਦਮੰਦਾ ਕਰਨ ਦਾ ਤੁਸੀਂ ਦਮੰਦਾ ਕਰ ਸਕਦੇ ਹੋ ਉਹ ਤੁਹਾਨੂੰ ਵੀ ਪੈਸੇ ਮਿਲ ਸਕਦੇ ਨੇ ਤੇ ਇੰਪਸ ਤੇ ਅਸੀਂ ਕਿਵੇਂ ਦਮੰਦਾ ਕਰਾਂਗੇ ਔਨਲਾਈਨ ਬਿਨਾ ਆਈਡੀ ਤੋਂ ਬਿਨਾ ਇੰਪਸ ਦੀ ਪਿੰਨ ਤੋਂ ਤੇ ਬਿਨਾ ਸਪੀਡ ਤੋਂ ਇਹ ਅਸੀਂ ਦੇਖਦੇ ਹਾਂ ਹੁਣ ਅੱਗੇ ਹਾਂਜੀ ਤੇ ਹੁਣ ਨੈਕਸਟ ਸਟੈਪ ਇਹ ਸਾਡੇ ਕੋਲ ਹੈ ਕਿ ਅਸੀਂ ਗੂਗਲ ਦੇ ਉੱਤੇ ਆਈਐਨਪੀਐਸ ਇਮਪਸ ਸਰਚ ਕਰਨਾ ਹੈ ਐਮਸ ਸਰਚ ਕਰਕੇ ਸਾਡੇ ਉੱਤੇ ਸਭ ਤੋਂ ਸਾਮਣੇ ਪਹਿਲੇ ਹੀ ਨਜ਼ਰ ਆ ਰਿਹਾ ਇਸ ਐਮਸ ਹੋਮ ਪੇਜ ਐਮਸ ਹੋਮ ਪੇਜ ਨੂੰ ਕਲਿੱਕ ਕਰਨਾ ਹੈ ਐਮਸ ਹੋਮ ਪੇਜ ਨੂੰ ਕਲਿੱਕ ਕਰਨ ਦੇ ਸਾਥ ਹੀ ਇਸ ਸਭ ਤੋਂ નીચે ਚਲੇ ਜਾਣਾ ਹੈ ਸਭ ਤੋਂ નીચે ਅਸੀਂ ਦੇਖਾਂਗੇ ਇੱਥੇ ਹੋਮ ਲਿਹਾ ਹੈ ਹੋਮ ਨੂੰ ਕਲਿੱਕ ਕਰਾਂਗੇ ਹੋਮ ਨੂੰ ਕਲਿੱਕ ਕਰਕੇ ਸਾਡੇ ਕੋਲ ਐ ਸਰਚ ਬਾਰ ਆ ਗਈ ਹੈ ਕਿ ਇੱਥੇ ਅਸੀਂ ਸਰਚ ਕਰ ਸਕਦੇ ਹਾਂ ਇੱਥੇ ਐਮਸ ਰਿਸਪੌਂਡ ਇ ਐਨ ਪੀ ਐਸ ਐਮਸ ਰਿਸਪੌਂਡ ਠੀਕ ਹੈ ਜੀ ਇਹ ਲਫਜ਼ ਵਰਡਿੰਗ ਥੋੜੀ ਗਲਤ ਹੋ ਜਾਤੇ ਫਿਰ ਇਹ ਸਰਚ ਨਹੀਂ ਹੁੰਦਾ ਇਹ ਵੀ ਇਮਸ ਰਿਸਪੌਂਡ ਤੇ ਇਮਸ ਰਿਸਪੌਂਡ ਦੇ ਦਾ ਰਿਜ਼ਲਟ ਸਾਡੇ ਕੋਲ ਆ ਗਿਆ ਇਹਦੇ ਵਿੱਚ ਇਹ ਕਈ ਕਿਸਮ ਦੀ ਸਰਵਿਸਿਜ਼ ਆ ਜਾਂਦੀਆਂ ਨੇ ਮੋਬਾਈਲ ਦੇ ਪੀਸੀ ਦੇ ਲਈ ਇਹ ਉਹ ਮੈਂ ਪੀਸੀ ਲਈ ਨੂੰ ਕਲਿੱਕ ਕਰ ਲਾਂਗਾ ਇਮਸ ਰਿਸਪੌਂਡ ਦੇ ਨੂੰ ਕਿਉਂਕਿ ਇਹਨੇ ਹੀ ਮੈਨੂੰ ਜਵਾਬ ਦੇਣਾ ਹੈ ਇਮਸ ਰਿਸਪੌਂਡ ਦੇ ਨੂੰ ਜਦ ਤੁਸੀਂ ਕਲਿੱਕ ਕਰੋਗੇ ਸਭ ਤੋਂ نیچے ਚਲਾ ਜਾਣਾ ਸਭ ਤੋਂ نیچے ਸਭ ਤੋਂ نیچے ਜਾ ਕੇ ਤੇ ਨਾਲਾ ਲੈਂਗੁਏਜ ਚੇਂਜ ਕਰਨੀ ਪੈਂਦੀ ਹੈ ਨਾਲ ਲੈਂਗੁਏਜ ਐਡ ਨਹੀਂ ਇੰਗਲਿਸ਼ ਤੇ ਸਭ ਤੋਂ نیچے ਜਾ ਕੇ ਅਸੀਂ ਦਿਖ ਰਿਹਾ ਰਹੇ ਕਰਨਾ ਕਿ ਸਾਨੂੰ ਜਿਹੜੀ ਜੁੱਤਾ ਚੀਜ਼ਾਂ ਅਸੀਂ ਪੜਾਏ ਆ ਸਭ ਤੁਸੀਂ ਸਮੇਂ ਲੱਗ ਗਿਆ ਤੇ ਇੱਥੋਂ ਦਿਖ ਰਿਹਾ ਰਹੇ ਕਰਕੇ ਇੱਥੇ ਹੁਣ ਇਟ ਇਸ ਅ ਗੁਨ ਪੈਨ ਪੈਨ ਦੇ ਨਾਲ ਇੰਟਰਨੈਟ ਐਟ ਇਸ ਅ ਸੈਂਸ ਆ ਪੈਨ ਬਿਨਾ ਪੈਨ ਤੋਂ ਯਾਨੀ ਕਿ ਇੱਥੇ ਲਾਜ਼ਮੀ ਨਹੀਂ ਹੈ ਤੁਹਾਨੂੰ ਗੁਲ ਪੈਨ ਵੀ ਹੋਵੇ ਇਹ ਤਾਂ ਤੁਸੀਂ ਜੇ ਆਪਣਾ ਰਿਕਵੈਸਟ ਕਰੋਗੇ ਆਪਣਾ ਕੁਐਸਚਨ ਪੁੱਛੋਗੇ ਤੇ ਇਹ ਲਾਜ਼ਮੀ ਹੋਵੇਗਾ ਇਹ 20 48 ਆਵਰਸ ਦੇ ਵਿੱਚ ਤੁਹਾਨੂੰ ਰਿਸਪੌਂਸ ਦੇਣਗੇ ਜੋ ਵੀ ਤੁਸੀਂ ਕੁਐਸਚਨ ਪੁੱਛੋਗੇ ਜੋ ਵੀ ਤੁਸੀਂ ਸਵਾਲ ਪੁੱਛੋਗੇ ਇਹਨਾਂ ਨੇ 48 ਘੰਟਿਆਂ ਵਿੱਚ ਤੁਹਾਨੂੰ ਜਵਾਬ ਦੇਣਾ ਲਾਜ਼ਮੀ ਹੈ ਅਸੀਂ ਕੀ ਕਰਾਂਗੇ ਐਸ ਐਜ਼ ਅ ਸੈਂਸ ਆ ਪਿੰ ਬਿਨਾ ਪਿੰ ਤੋਂ ਅਸੀਂ ਇੰਟਰੋ ਮਗੇ ਅਰੇ ਹੁਣ ਅਸੀਂ ਅਗਲਾ ਪਾਜੀਨਾ ਜਿਹੜਾ ਸਾਡੇ ਕੋਲੇ ਇਹਦੇ ਤੇ ਅਸੀਂ ਇਹ ਦੂਸਰਾ ਨੰਬਰ ਵਾਲਾ ਇਸ ਨੂੰ ਸਰਚ ਕਰਾਂਗੇ ਇਨਸੀਰੀ ਰੀਨੋਵਰੀ ਕੇਸ ਦਾ ਨਵਰੀ ਕੇਸ ਦਾ ਸਹੀਥ ਹੈ ਪਾਣਾ ਤੇ ਨਵਾਂ ਰਿਕੈਸਟਾ ਲਿਖਣ ਲਈ ਤੁਹਾਨੂੰ ਸਿੰਪਲ ਸਟੈਪ ਨੇ ਸਿੰਪਲ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਤੁਹਾਨੂੰ ਆਪ ਨੂੰ ਪਤਾ ਹੋਣਾ ਹੈ ਕਿ ਤੁਸੀਂ ਕੋਚੀ ਫਿਸਕਲ ਨੋਮੇ ਕਨੀਓਮੇ ਦਾਤਾ ਦਾ ਨਾਸ਼ੀਤਾ ਸੈਸ 105 ਦਿਨਾਂ ਅਸ਼ੀਤਾ ਠੀਕ ਹੈ ਜੀ ਕਮੂਨ ਦਿਨਾਂ ਅਸ਼ੀਤਾ ਸਾਰੀਆਂ ਚੀਜ਼ਾਂ ਲੇ ਕੇ ਇੰਦਰੀ ਸੋ ਐਡਰੈਸ ਤੁਹਾਡਾ ਕੀ ਹੈ ਇੱਥੇ ਇਹ ਲਿਖਣਾ ਹੈ ਇੱਥੇ ਕੋਚ ਚਿਵਿਲੀ ਦੇ ਰੈਜ਼ਿਡੈਂਸਾ ਪ੍ਰੋਵੈਂਸਾ ਦੇ ਰੈਜ਼ਿਡੈਂਸਾ ਯਾਨੀ ਕਿ ਕਮੂਨ ਦੇ ਰੈਜ਼ਿਡੈਂਸਾ ਜਿੱਥੇ ਤੁਸੀਂ ਰਹਿੰਦੇ ਹੋ ਜਿਹੜਾ ਸ਼ਹਿਰ ਜਿਹੜਾ ਪਿੰਡ ਠੀਕ ਹੈ ਇੱਥੇ ਸਾਰਾ ਲਿਖ ਕੇ ਸਿੰਪਲ ਚੀਜ਼ਾਂ ਜਿਹੜੀਆਂ ਜਿਹੜੇ ਤੁਹਾਡੇ ਕੋਲ ਕਰਤਾ ਦਿੱਤੇ ਜਾਂਦੇ ਦਿੱਤੇ ਲਿਖਿਆ ਹੁੰਦਾ ਹੁਣ ਬੰਦਾ ਕੋਈ ਕਹਵੇ ਕਿ ਇਹ ਵੀ ਨਹੀਂ ਲਿਖਣਾ ਹਾਂ ਤਾਂ ਉਹ ਗਲਤ ਹੈ ਨਾ ਜੀ ਸਰ ਫਿਰ ਇੱਥੇ ਮੋਸਟ ਇੰਪੋਰਟੈਂਟ ਹੈ ਕਿ ਤੁਸੀਂ ਆਪਣਾ ਟੈਲੀਫੋਨ ਨੰਬਰ ਔਰ ਈਮੇਲ ਵਗੈਰਾ ਜਿਹੜੀ ਨੇ ਉਹ ਪ੍ਰੋਪਰ ਦਿਓ ਕਿਉਂਕਿ ਇਹਦੇ ਤੋਂ ਤੁਹਾਨੂੰ ਜਿਹੜੀ ਵੀ ਕਮਿਊਨੀਕੇਸ਼ਨ ਆਉਣੀ ਹੈ ਇਸ ਤੁਹਾਡੇ ਟੈਲੀਫੋਨ ਨੰਬਰ ਔਰ ਈਮੇਲ ਐਡਰੈਸ ਤੇ ਆਉਣੀ ਹੁੰਦੀ ਹੈ ਇੱਥੇ ਅਸੀਂ ਜੇ ਕਲਿੱਕ ਕਰਾਂਗੇ ਸਿਲੈਕਸ਼ਨ ਆਲ ਟੈਲੀਫੋਨ ਪ੍ਰਫਰੈਂਸ ਜੇ ਤੁਸੀਂ ਟੈਲੀਫੋਨ ਨੰਬਰ ਦੇਣਾ ਚਾਹੁੰਦੇ ਹੋ ਅਸੀਂ ਚੱਲਾਰ ਦੇਣਾ ਚਾਹੁੰਦੇ ਹਾਂ ਚੱਲਾਰ ਯਾਨ ਉਹਨੂੰ ਤੁਸੀਂ ਸਿਲੈਕਟ ਕਰਾਂਗੇ ਅੱਧੇ ਵਸਲੇਸ਼ਨਾਰੇ ਹੋਰ ਆਡੀ ਪ੍ਰੀਫਰੈਂਸ ਹੈ ਜਿਹੜੇ ਤੁਸੀਂ ਟਾਈਮ ਪ੍ਰੀਫਰ ਕਰਦੇ ਹੋ ਪ੍ਰੀਫਰ ਕਰਦੇ ਹੋ ਜੇ ਰੋਜ਼ਾਨੇ ਤੁਹਾਡੇ ਦਾ ਟਾਈਮ ਹੈ ਸਾਡੇ 10 ਤੋਂ 12 ਬੰਦਾ ਕਰ ਲੈਂਦਾ ਠੀਕ ਹੈ ਜੀ ਇਹ ਕਰ ਲਿਆ ਉਹਦੇ ਦੁਬਾਰ ਤੁਸੀਂ ਇੱਥੇ ਮੇਲ ਆਪਣੀ ਪੜਨੀ ਹੈ ਮੇਲ ਮੇ ਇਮੇਲ ਠੀਕ ਹੋਣੀ ਚਾਹੀਦੀ ਹੈ ਫਿਰ ਜੀ ਅੱਗੇ ਆ ਗਿਆ ਹੁਣ ਮੇਨ ਕੰਮ ਦਮਾਂਦੇ ਵਾਲਾ ਇੱਥੇ ਸਲੇਸ਼ਨਾਰੇ ਉਹਨਾਂ ਜੈਸਟੀਓਨੇ ਸਲੇਸ਼ਨਾਰੇ ਉਹਨਾਂ ਜੈਸਟੀਓਨੇ ਕਿਹੜੀ ਸਲੇਸ਼ਨਾਰੇ ਕਰੋਗੇ ਦਸ ਜੈਸਟੀਓਨੇ ਜਨਰਲੀ ਤੁਸੀਂ ਕਰ ਸਕਦੇ ਹੋ ਜੈਸਟੀਓਨੇ ਤੇ ਪੈਂਦੰਦੀ ਪ੍ਰਤੀਤਾ ਇਹ ਵੈਂਪਸ ਠੀਕ ਹੈ ਜੀ ਇਆ ਫਿਰ ਜਸਤੀਓਨੇ ਦੇ ਲਾਬੋਰਟੋਰੀ ਸਪਤਾਕੋਲੋ ਐਕਸਪੋਰਟ ਇਹਨਾਂ ਦੋ ਜੁਗਤ ਕਰ ਸਕਦੇ ਅਸੀਂ ਪਹਿਲੀ ਕਰਾਂਗੇ ਜਸਤੀਓਨੇ ਦੇ ਬੰਦਨ ਦੀ ਪਰਿਵਾਤੀ ਇੰਪਾਸ ਐਲ ਵਾਲੀ ਠੀਕ ਹੈ ਜੀ ਹੁਣ ਥੱਲੇ ਅਸੀਂ ਇਹਦੇ ਕੋਲ ਆ ਗਿਆ ਦੂਸਰਾ ਇੱਕ ਆਪਸ਼ਨ ਖੁੱਲ ਗਿਆ ਇਹਦੇ ਵਿੱਚ ਤੁਸੀਂ ਕਿਹੜਾ ਸਿਲੈਕਟ ਕਰੋਗੇ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਸਟਾਟੋ ਦੀ UNA ਪ੍ਰੈਟਿਕਾ ਰਿਕੇਸਤਾ ਇਹਨੂੰ ਸਿਲੈਕਟ ਕਰ ਲਓ ਰਿਕੇਸਤਾ ਦੀ ਸਰਵਿਸ ਯੋ ਪ੍ਰੇਸਟਾਸੀਓਨੇ ਇਹਨੂੰ ਸਿਲੈਕਟ ਕਰ ਲਓ ਇਹਨਾਂ ਦੋਵਾਂ ਵਿੱਚੋਂ ਮਰਜ਼ੀ ਸਿਲੈਕਟ ਕਰ ਲਓ ਇਹਨਾਂ ਨੂੰ ਸਿਲੈਕਟ ਕਰਕੇ ਇੱਥੇ ਹੁਣ ਤੁਸੀਂ ਰਿਕਵੈਸਟ ਆਪਣਾ ਲਿਖਣਾ ਠੀਕ ਹੈ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਡਾ ਜਿਵੇਂ ਕਿ ਮੰਨ ਲਓ ਨੀ ਹੈ ਸ਼ੋ ਹੋ ਰਿਹਾ 616 ਦਮੰਦਾ ਕੀਤਾ ਸੀ ਪਹਿਲੀ ਤਰੀਕ ਨੂੰ ਕੀਤਾ ਸੀ 7 ਤਰੀਕ ਨੂੰ ਕੀਤਾ ਸੀ 10 ਤਰੀਕ ਨੂੰ ਕੀਤਾ ਜਿਹੜੀ ਤਰੀਕ ਨੂੰ ਵੀ ਕੀਤਾ ਸੀ ਤੁਸੀਂ ਦਮੰਦਾ ਉਹ ਤੁਸੀਂ ਇੱਥੇ ਲਿਖਣਾ ਇਲਮੀਓ ਇੰਪੋਸ ਕੇਡੋ ਲੋ ਸਟਾਟੋ ਦੀ

ਇਤਨਾ ਤੁਸੀਂ ਦਮਾ ਦਾ ਲਿਖਣਾ ਵੀ ਰਿੰਗਰਾcie ਕੋਰੀໂດਲੇ ਸਾਰੀਤੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਅਦਾ ਕਰਦੇ ਹਾਂ ਕੋਰੀໂດਲੇ ਸਾਰੀਤੀ ਤੁਹਾਡਾ ਮੋਖਲਸ ਠੀਕ ਹੈ ਜੀ ਤੇ ਇਹ ਇੰਨਾ ਸਾਰਾ ਮੈਸੇਜ ਲਿਖ ਕੇ ਵਿੱਚ ਆਪਣੀ ਡੇਟ ਜਿਹੜੀ ਡੇਟ ਹੈ ਤੁਹਾਡੀ ਇਹ ਪ੍ਰੋਪਰ ਕਰੈਕਟ ਭਰਨੀ ਹੈ ਆਪਣੇ ਮੁਤਾਬਕ ਠੀਕ ਹੈ ਜੀ ਤੇ ਇਹ ਨੰਬਰੋ ਦੀ ਪ੍ਰਾਪਟੀਕਾ ਮੋਸਟ ਇੰਪੋਰਟੈਂਟ ਇਹ ਆਪਣਾ ਭਰਨਾ ਠੀਕ ਹੈ ਜੀ ਬਾਕੀ ਸਾਰਾ ਇਹ ਲਫਜ਼ ਮੈਸੇਜ ਭਾਵੇਂ ਤੁਸੀਂ ਉਹਨਾਂ ਨੂੰ ਫਾਰਵਰਡ ਕਰ ਦਿਓ ਇਹ ਲਿਖ ਕੇ ਇਨੂੰ ਅਵੰਤਿ ਕਰ ਦੇਣਾ ਹੈ ਇਹ ਤੁਹਾਨੂੰ ਰਿਸਪੌਂਸ ਆ ਜਾਏਗਾ ਇਹਦਾ 48 ਆਵਰਸ ਵਿਥਿਨ 48 ਆਵਰਸ 48 ਘੰਟੇ ਵਿੱਚ ਰਿਸਪੌਂਸ ਆਵੇਗਾ ਤੇ ਉਹ ਤੁਹਾਨੂੰ ਦੱਸਣਗੇ ਕਿ ਤੁਹਾਡੇ ਦਮਾnde ਦਾ ਕੀ ਸਟੇਟਸ ਹੈ ਜੇ ਨਹੀਂ ਸ਼ੋ ਹੋ ਰਿਹਾ ਤਾਂ ਮਮਕਨ ਹੈ ਫਿਰ ਬਾਅਦ ਵਿੱਚ ਸ਼ੋ ਹੋਣ ਲੱਪ ਹੋਵੇ ਤੇ ਲੋ ਜੀ ਇਹ ਸੀ ਵੀਡੀਓ ਵੀਡੀਓ ਨੂੰ ਤਿਆਰ ਕਰਨ ਲਈ ਟਾਈਮ ਲੱਗਦਾ ਹੈ ਤੇ ਮੈਂਤ ਕਰੀ ਦੀ ਤੇ ਕਮੈਂਟ ਦਾ ਪਾਲਤੋ ਸਿਮਨ ਉਹ ਹੀ ਦੇ ਸਕਦੇ ਹੋ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਚੈਨਲ ਨੂੰ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਫਿਆ ਮਾਨ ਅੱਲਾ